ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਰਵ ਮੈਂਟੀ ਦੇ ਪਲੇਟਫਾਰਮ 'ਤੇ ਸਾਰੀ ਸੇਵਾਵਾਂ ਚੱਲ ਰਹੀਆਂ, ਲਗਾਤਾਰ ਚੱਲ ਰਹੀਆਂ ਨੇ। ਚਾਹੇ ਉਹ ਕੰਸਟਰਕਸ਼ਨ ਦੀ ਹੈਲਪ ਹੈ, ਚਾਹੇ ਸਕੂਲ ਫੀਸਿਸ ਭਰਨੀ ਹੈ, ਚਾਹੇ ਰਤਵਾੜਾ ਕੇਅਰ ਸੈਂਟਰ। ਸਰਵ ਮੈਂਟੀ ਸਾਹਿਬ ਕੌਂਟ ਦੇ ਦੋ ਸੈਂਟਰ ਚੱਲਦੇ ਹੈ ਸਪਾਈਨਲ ਕੌਂਟ ਲਈ, ਹੈ ਨਾ। ਇਹ ਦੋਨੋਂ ਸੈਂਟਰ ਲਗਾਤਾਰ ਚੱਲ ਰਹੇ ਨੇ, ਔਰ ਵੈਕ ਥੈਰੇਪੀ ਜੋ ਕਿ ਬਹੁਤ ਹੀ ਕੋਸਟਲੀ ਪੈਣ ਵਾਲੀ ਹੈ, 1 ਲੱਖ ਤੋਂ 1.5 ਲੱਖ ਰੁਪਏ ਪਰ ਪੇਸ਼ੈਂਟ ਪਏਗੀ, ਇਹ ਵੀ ਨਾਲ ਨਾਲ ਚੱਲ ਰਹੀ ਹੈ। ਭੈਣ ਜੀ, ਕਿੰਨੇ ਦਿਨ ਹੋ ਗਏ ਵੈਕ ਥੈਰੇਪੀ ਚੱਲਦੇ ਹੋਏ? ਕਿੰਨਾ ਡੀਪ ਹੈ ਭੈਣ ਜੀ? ਵੀਜੀ 4 ਗ੍ਰੇਡ ਕਾ ਹੈ। ਅੱਛਾ, ਹਾਂਜੀ, ਪੂਰਾ ਅੰਦਰ ਸੇ ਹੋਲੋ ਹੈ। ਔਰ ਆਪਸ ਮੇ ਕਨੈਕਟ ਕਰ ਗਏ, ਕਿਤਨੇ ਬੂੰਡ ਹੈ? दोस्तों को पता नहीं है ये चीज, ये क्या ब्लैक ब्लैक? ये लिंक बना रखा है कि इधर से और इधर का नेगेटिव प्रेशर बना रहे। अच्छा, हाँ जी, क्योंकि अलग अलग मशीनें लगाने का कोई फायदा नहीं है, इसीलिए पीछे से जो हमने मशीन लगाई हुई है उसी का आगे लिंक लगाया हुआ है। ओके, बहुत ही डीप वुंड है ना। हाँ जी। और ये मशीन क्या कर रही है? बीजी एक्सट्रैक्ट कर रही है सारे पस को, हाँ। जो भी इसके अंदर इम्प्योरिटीज है, बैक्टीरिया है, इन्फेक्शन है उसको। और ये कंटेनर कितने दिन से भर जाता है जी? बीजी इनका तो 1 या 2 दिन में भर जाता है। हाँ जी, इनके लिए हमें वो भी कंटेनर लगाने पड़ते हैं। अभी ये 8वां कंटेनर चल रहा है। 8th कंटेनर है, ये काफी कॉस्टली पड़ता है। हाँ जी, लेकिन क्या कॉस्ट है याद है कुछ थोड़ा अंदाजन? मतलब 1500 का एक या 1500 रुपए का लगभग एक पड़ता है। मशीन की कॉस्ट रोज की लगने की अलग, मशीन की अलग कॉस्ट है, जो ये ड्रेसिंग है इसकी कॉस्ट अलग है, कंटेनर की कॉस्ट अलग है, तीनों की अलग अलग कॉस्ट है ना। और हुण आपां नूं जिहड़ा आया सी उहदा लगभग 2 लाख रुपए के आसपास जी मशीन है, ये 2 लाख रुपए के आसपास कॉस्ट कर रही है इंडिया च। सो एक भाजी हैगे जैसन बैंस, उन्होंने भी कहांगे कि तुसीं यूके तो ये सानूं 4 मशीनां दी लोड रही, क्योंकि अपने कोल दोनों सेंटर च मिला के 40 दे करीब पेशेंट हुंदे हैं, है ना। ਆਪਾਂ 4 ਮਸ਼ੀਨਾਂ ਦੀ ਭਾਜੀ ਨੂੰ ਰਿਕੁਐਸਟ ਕਰਦੇ ਹਾਂ। ਇਹ ਬਹੁਤ ਡੀਪ ਹੈ ਨਾ, ਉਹ ਭੈਣ ਜੀ ਤਾਂ ਬਹੁਤ ਜ਼ਿਆਦਾ ਡੀਪ ਹੈ। ਹਾਂਜੀ ਵੀਰ ਜੀ, ਇਹ ਪੂਰਾ ਕਾ ਪੂਰਾ ਯਹਾਂ ਸੇ ਲੇ ਕੇ ਯਹਾਂ ਪੇ ਲਿੰਕ ਹੋ ਰਹਾ ਹੈ ਅੰਦਰ ਸੇ। ਓਕੇ, ਹਾਂਜੀ, ਔਰ ਇਹ ਵਾਲਾ ਜ਼ਿਆਦਾ ਬੜਾ ਏਰੀਆ ਹੈ। ਭੈਣ ਜੀ ਆਇਆ ਜ਼ਰਾ ਪਲੀਜ਼, ਸੰਜੀਵ ਕਰ ਦਿਓ, ਭੈਣ ਜੀ ਕਲੋਜ਼ ਕਰ ਦਿਓ। ਸੰਜੀਵ ਕਿੱਦਾਂ ਹੋ? ਤੁਹਾਡੀ ਹਾਲਤ ਕਾਫੀ ਅੱਛੀ ਲੱਗ ਰਹੀ ਹੈ, ਮੈਂ ਤੁਹਾਨੂੰ 5-6 ਦਿਨ ਬਾਅਦ ਮਿਲ ਰਿਹਾ ਨਾ। ਬਲੱਡ ਕਾਊਂਟ ਵੀ ਵਧਿਆ ਹੈ ਨਾ? ਬਲੱਡ ਕਾਊਂਟ ਵਧਿਆ, ਡਾਇਟ ਅੱਛੀ ਲੈ ਰਹੇ ਹੈ? ਡਾਇਟ ਅੱਛੀ ਹੈ, ਪਹਿਲੇ ਸਟਾਰਟਿੰਗ ਮੇਂ ਜਬ ਆਏ ਥੇ ਇਨਹੋਨੇ ਕੁਛ ਨਹੀਂ ਖਾਤੇ ਥੇ, ਉਲਟੀਆਂ ਹੋ ਜਾਤੀ ਥੀ ਇਨਕੋ। ਅੱਛਾ, ਬਟ ਇਨਕੀ ਡਾਇਟ ਅਬ 4 ਫੁਲਕੇ ਹੋ ਗਈ ਹੈ, ਬਹੁਤ ਅੱਛਾ ਰਿਕਵਰ ਕਰ ਰਹੇ। ਲੈਵਲ ਕਿਆ ਹੈ? ਲੈਵਲ C। ਤਾਂ ਜੀ ਸੀ ਲੈਵਲ ਕਿਆ ਹੁੰਦਾ ਮੈਨੂੰ ਦੱਸੋਗੇ? ਸੀ ਲੈਵਲ ਵੀਰ ਜੀ 3 ਲੈਵਲ ਹੈ ਹਮਾਰੇ ਪਾਸ। ਹਾਂ, ਸੀ ਲੈਵਲ ਹੈ, ਡੀ ਲੈਵਲ ਹੈ, ਐਲ ਲੈਵਲ ਹੈ। ਅੱਛਾ, ਜੋ ਸੀ ਲੈਵਲ ਹੁੰਦਾ ਹੈ, ਅਗਰ ਵਹਾਂ ਪੇ ਚੋਟ ਲੱਗ ਜਾਏ ਤੋ ਉਸਕੇ ਨੀਚੇ ਜਿਤਨੀ ਵੀ ਬੋਡੀ ਪਾਰਟ ਹੈ ਕੋਈ ਮੂਵਮੈਂਟ ਨਹੀਂ ਹੋਤੀ, ਕਿ ਉਸਕੋ ਮਲ ਮੂਤਰ ਕਾ ਵੀ ਨਹੀਂ ਪਤਾ ਲੱਗਤਾ। ਜੀ, ਡੀ ਲੈਵਲ ਪੇ ਜਹਾਂ ਪੇ ਚੋਟ ਲੱਗ ਜਾਤੀ ਹੈ, ਟਾਂਗੇ ਹੱਥ ਕਮ ਕਾਮ ਕਰਤੇ ਹੈ, ਬਟ ਇਹ ਹੈ ਕਿ ਪ੍ਰੋਗਰੈਸ ਹੋ ਜਾਤੀ ਹੈ ਅਗਰ ਹਮ ਪ੍ਰੈਕਟਿਸ ਕਰਵਾਏ ਐਕਸਰਸਾਈਜ਼ ਟਾਈਮਲੀ, ਹੈ ਨਾ, ਟਾਈਮਲੀ। ਭੈਣ ਜੀ ਕਿਆ ਭਾਜੀ ਦਾ ਕਿਆ ਲੈਵਲ ਹੈ? ਸੀ ਲੈਵਲ ਹੈ। ਸੀ ਮੇ ਕੌਨ ਸਾ ਹੈ? ਨਹੀਂ ਯਾਦ, 5-6 ਹੈ। ਹੱਥ ਉਠਾਉਣਾ, ਹੱਥ ਉਠਾਲਤੇ ਹੋ? ਚਮਚਾ ਪਕੜ ਸਕਤੇ ਹੋ? ਗਲਾਸ ਨਹੀਂ ਜੀ, ਉਂਗਲੀ ਨਹੀਂ। ਬਰਸ਼ ਕੈਸੇ ਕਰਤੇ ਹੋ? ਕਰਾਤੇ ਹੋ? ਆਪ ਕਰਾਤੇ ਹੋ? ਖਿਲਾਤੇ ਵੀ ਆਪ ਹੋ? ਜੀ ਮੈਂ ਖਿਲਾਤੀ ਹੂੰ। ਆਪਕਾ ਬੇਟਾ ਹੈ 4 ਸਾਲ ਕਾ, ਉਸਕੋ ਛੋੜ ਕੇ ਆਏ ਹੋ ਦਿੱਲੀ ਮੇਂ, ਹੈ ਨਾ। ਆਪਕੋ ਪਤਾ ਯਹਾਂ ਲੰਬਾ ਟਾਈਮ ਲੱਗਣੇ ਵਾਲਾ ਆਪਕੋ, ਹੈ ਨਾ। ਟੋਟਲ ਫ੍ਰੀ ਆਫ ਕੋਸਟ ਚਲੇਗਾ ਭੈਣ ਜੀ, ਟੋਟਲ ਫ੍ਰੀ ਆਫ ਕੋਸਟ, ਯਾ ਪੈਸਾ ਕਭੀ ਨਹੀਂ ਖਰਚਾ ਹੋਤਾ, ਠੀਕ ਹੈ ਜੀ। ਸੋ ਇਹ ਜੋ ਸੇਵਾਏ ਸਾਰੀ ਟੋਟਲ ਫ੍ਰੀ ਆਫ ਕੋਸਟ ਰਹੀਆਂ ਭਾਅ ਜੀ, ਫੜੋ ਜ਼ਰਾ ਜੀ। ਸੰਗਤ ਜੀ, ਸਾਰੀ ਸੇਵਾਵਾਂ ਹਮੇਸ਼ਾ ਸਰਵ ਮੈਂਟੀ ਸਰਵ ਗੌਰ ਦੇ ਪਲੇਟਫਾਰਮ 'ਤੇ, ਚਾਹੇ ਉਹ ਘਰ ਬਣ ਰਹੇ ਹੋਣ, ਚਾਹੇ ਬੱਚਿਆਂ ਦੀ ਫੀਸ ਹੋਵੇ, ਚਾਹੇ ਲੰਗਰ ਹੋਵੇ, ਚਾਹੇ ਕੋਵਿਡ ਦੀ ਸੇਵਾ ਹੈ, ਚਾਹੇ ਜੋ ਸਪਾਈਨਲ ਕੋਡ ਇੰਜਰੀ ਸੈਂਟਰ ਚੱਲ ਰਹੇ ਹੈ 2, ਇਹ ਆਲ ਓਵਰ ਇੰਡੀਆ ਸਭ ਤੋਂ ਯੂਨੀਕ ਇਨੀਸ਼ੀਏਟਿਵ ਹੈ। ਇੱਥੇ ਕੋਈ ਪੈਸਾ ਨਹੀਂ ਚਾਰਜ ਹੁੰਦਾ, ਨਾ ਰਹਿਣ ਦਾ, ਨਾ ਖਾਣ ਦਾ, ਨਾ ਪੀਣ ਦਾ, ਨਾ ਟ੍ਰੀਟਮੈਂਟ ਦਾ, ਨਾ ਇੱਥੇ ਓਪਰੇਸ਼ਨ ਦਾ। PGI ਦੇ ਵਿੱਚ ਓਪਰੇਸ਼ਨ ਵੀ ਚੱਲ ਰਹੇ, ਸਾਰੇ ਚੱਲ ਰਹੇ ਹੈ, ਟੋਟਲ ਫ੍ਰੀ ਆਫ ਕੋਸਟ, ਸਾਰੀ ਸੇਵਾ ਪੈਰਲਲ ਰਨ ਹੋ ਰਹੀ ਹੈ, ਰੋਕੀ ਕੋਈ ਨਹੀਂ ਜਾ ਰਹੀ। ਭੈਣ ਜੀ ਉਹ ਭਾਈ ਸਾਹਿਬ ਕੋਲ ਚੱਲੀਏ। ਭਾਈ ਸਾਹਿਬ ਕਿੰਨੇ ਸਾਲ ਤੋਂ ਜ਼ਖਮ ਸੀ? ਇਹ 6 ਮਹੀਨੇ ਹੋ ਗਏ ਸੀ। 6 ਮਹੀਨੇ ਤੋਂ ਇਲਾਜ ਕਿਉਂ ਨਹੀਂ ਕਰਾਇਆ ਸੀ? ਇਲਾਜ ਕੁਛ ਮਜਬੂਰੀ ਸੀ ਜੀ,
मजबूरी सी आर्थिक पक्षों समझ भी नहीं सी करना किवें है जाना कित्थे है करना कित्थे है। हुण मैं तुहानूं बार बार दस रहा असी सिर्फ मोढ़ा लगाने हैं पेशेंट सेवा पीजीआई दे विच ऑपरेशन दा सारा समान दवाइयां दा सारा दित्ता जांदा है। आई थिंक इन्हां दा 74,000 समथिंग दा है जी 75,000 दा समान सी बहुत दर्द दे विच सी। आर्टिफिशियल लैग भी लवाई जाएगी दैट टू टोटल फ्री ऑफ कॉस्ट। पैसा कदे भी नहीं लिता जाता सर्व ह्यूमैनिटी सर्व गॉड दे प्लेटफॉर्म ते प्लीज सानू फेसबुक ते अप्रोच कर सकते हो है ना तुसी वीडियो शेयर कर सकते हो पॉजिटिविटी नू शेयर करा करो। पहले से वीर जी बहुत अच्छे हालात है इनके। पहले इनका जो टांग में गैंग्रीन हुआ था वो इस लेवल का था अगर होल लेट करते तो शायद से पूरी टांग ही काटती पूरी टांग काटनी पड़ती है। बट अभी इनका ये है कि इतनी जो कटी हुई है इसके बाद हम आर्टिफिशियल लेग लगाने की सोच सकते हैं। ये जो घुटने से नीचे कटी है ना पहले इसका बहुत फायदा होता है ये माता जी गोड्डे तो ऊपर कट जाती ना फिर वो मूवमेंट फिर नहीं बोला था उन्होंने परमात्मा ने जो बख्श था ना और गोडे थले ना हो गया आप शुक्र ना आए और पता लगा मेरे को थोड़ा जा सहारा थोड़ी जी अवेयरनेस चाहिए पैसे ना ज्यादा पे गए सी कटे देख लो ये चेंज आ जाता किसी की जिंदगी च ना। प्लीज पॉजिटिविटी नु शेयर करना उन्हें स्प्रेड करना तुहाडा फर्ज है चाहे वो वैक थेरेपी चल रही है चाहे लत्ता एम्पूटेट चल रही ने हर चीज हर कुछ चल रहा है ना। कैसे हो बढ़िया हो ये उड़ीसा च कुछ लिख रहे सी उड़िया लैंग्वेज च मुझे पढ़ के सुनाओ। अगले कितने हफ्ते बाद जा रहे हो घर उड़ीसा जा रहे हो कैमरे पे लोग देख रहे हैं आपको ये भी देख लिया सो ये लाइट मूवमेंट्स हैं थोड़े ना शेयर कर देना प्लीज हाथ जोड़ के बेनती है वीडियो तो आगे पे जो इन्ना तो तुसी कर सकते हो। स्पाइनल कॉर्ड इंजरी सेंटर पे जी थोड़ा सा लिमिटेड सेवा चल रही है बट अगले 20 तो 25 दिन बाद ये बिल्कुल शुरू होने लग गया नो डाउट अबाउट इट। बहुत सारे जो पेशेंट इतों गए ने या जो इन वेटिंग ने वो अगले 20 तो 25 दिन बाद जरूर कॉल करन और ये फुल फ्लैश फैसिलिटी दोबारा शुरू हो रही है ठीक है जी।